ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਸੁਣ ਲਓ ਜੀ ਕੁਲਵੀਰ ਸਿੰਘ ਦੇ ਨਾਲ ਤੁਹਾਡਾ ਆਪਣਾ ਚੈਨਲ ਇਹਦਾ ਪੰਜਾਬੀ। ਅੱਜ ਦੀ ਇਟਲੀ ਦੀ ਸਿਚੁਏਸ਼ਨ ਨੂੰ ਦੇਖਣ ਤੋਂ ਪਹਿਲਾਂ ਦੇਖਦੇ ਹਾਂ ਜੀ ਅੱਜ 6 ਵਜੇ ਇਟਲੀ ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਦੇ ਵਿੱਚ ਕੀ ਸਿਚੁਏਸ਼ਨ ਹੈ ਜੀ। ਸਾਰੀ ਦੁਨੀਆ ਦੇ ਵਿੱਚ ਅੱਜ ਤੱਕ 6,86,199 ਬੰਦੇ ਕੇਸ ਸਾਹਮਣੇ ਆਏ ਨੇ ਜੀ। ਇਸ ਨਾਲ 32,277 ਬੰਦਿਆਂ ਦੀ ਮੌਤ ਹੋ ਚੁੱਕੀ ਹੈ ਜੀ 6 ਵਜੇ ਤੱਕ। 1,46,402 ਬੰਦੇ ਠੀਕ ਹੋ ਚੁੱਕੇ ਨੇ ਜੀ ਇਸ ਰੋਗ ਦੇ ਨਾਲ। ਅਮੈਰੀਕਾ ਬਣ ਚੁੱਕਾ ਜੀ ਦੁਨੀਆ ਦਾ ਸਭ ਤੋਂ ਪਹਿਲਾ ਇਕਲੌਤਾ ਦੇਸ਼ ਜਿਹਦੀ ਗਿਣਤੀ 1,00,000 ਤੋਂ ਉੱਤੇ ਟੱਪ ਚੁੱਕੀ ਹੈ ਜੀ। 1,25,000 ਦੇ ਨੇੜੇ, ਹਾਂਜੀ 1,25,000 ਦੇ ਨੇੜੇ ਪਹੁੰਚ ਗਿਆ ਜੀ ਉਹਦੀ ਜਿਹੜੀ ਗਿਣਤੀ ਟੱਪ ਗਈ ਹੈ ਜੀ ਅੱਜ 6 ਵਜੇ ਤੱਕ। ਅਤੇ ਉਸ ਤੋਂ ਬਾਅਦ ਜਿਹੜਾ ਅਪਡੇਟ ਆਊਗਾ ਅਸੀਂ ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਇਟਲੀ ਦੂਜੇ ਨੰਬਰ 'ਤੇ ਆ ਜਿਸ ਦੀ ਗਿਣਤੀ ਕੱਲ੍ਹ ਹੀ 92,400 ਨੂੰ ਉੱਤੇ ਹੋ ਗਈ ਸੀ। ਚਾਈਨਾ ਤੀਸਰੇ ਨੰਬਰ 'ਤੇ, ਅਤੇ ਇਹਦੇ ਵਿੱਚ ਨਵੇਂ ਕੇਸ ਕੋਈ ਰਜਿਸਟਰ ਨਹੀਂ ਹੋ ਰਹੇ ਨੇ, ਪਰ ਜ਼ਿਆਦਾ ਗਿਣਤੀ ਦੇ ਵਿੱਚ ਨਹੀਂ, ਬਹੁਤ ਹੀ ਘੱਟ 100, 50, 200 ਹੁਣ ਇਹ ਉਹਨਾਂ ਦੀ ਰੇਂਜ ਰਹਿ ਗਈ ਹੈ। ਇਹਨਾਂ ਤੋਂ ਹਜ਼ਾਰਾਂ ਦੇ ਵਿੱਚ ਉਹਨਾਂ ਦੀ ਗਿਣਤੀ ਨਹੀਂ ਵੱਧ ਰਹੀ। ਸਪੇਨ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਜੀ, ਉਹ ਵੀ ਤਕਰੀਬਨ ਚੌਥੇ ਨੰਬਰ 'ਤੇ 78,799 ਦੇ ਨਾਲ ਹੈਗੀ ਹੈ। ਲੋਂਬਰਦੀ ਦੇ ਵਿੱਚ ਕੱਲ੍ਹ 2,121 ਬੰਦਾ ਐਕਸਟਰਾ ਇਸ ਮਰੀਜ਼ ਦਾ ਸ਼ਿਕਾਰ ਹੋਇਆ ਸੀ। ਅਤੇ ਅੱਜ ਜਿਹੜੀ ਲੋਂਬਰਦੀ ਦੇ ਵਿੱਚ ਵਧਣ ਵਾਲਿਆਂ ਦੀ ਗਿਣਤੀ ਹੈ ਜੀ 1,592 ਐਕਸਟਰਾ ਕੇਸ ਆਉਣ ਦੇ ਨਾਲ ਲੋਂਬਰਦੀ ਦੇ ਵਿੱਚ ਜਿਹੜੀ ਗਿਣਤੀ ਹੋ ਜਾਂਦੀ ਹੈ 41,007 ਲੋਂਬਰਦੀ ਦੇ ਵਿੱਚ ਕੇਸ ਹੋ ਚੁੱਕੇ ਨੇ। ਅਤੇ ਸਿਰਫ ਲੋਂਬਰਦੀ ਦੇ ਵਿੱਚ 416 ਬੰਦਿਆਂ ਦੀ ਮੌਤ ਹੋਈ ਹੈ, ਜਿਹਦੇ ਨਾਲ ਮਰਨ ਵਾਲਿਆਂ ਦੀ ਟੋਟਲ ਗਿਣਤੀ 6,360 ਹੋ ਚੁੱਕੀ ਹੈ। ਅਤੇ ਕੱਲ੍ਹ ਜੇ ਦੇਖਿਆ ਜਾਵੇ ਕੱਲ੍ਹ ਦੇ ਹਿਸਾਬ ਦੇ ਨਾਲ ਅੱਜ 125 ਬੰਦੇ ਘੱਟ ਮਰੇ ਨੇ, ਜੋ ਕਿ ਇੱਕ ਪੋਜ਼ੀਟਿਵ ਚੀਜ਼ ਨੂੰ ਦੇਖਿਆ ਜਾ ਰਿਹਾ। ਇਹ ਜੀ ਅਤੀਲੀਓ ਫੁੰਤਾਨਾ ਜੋ ਕਿ ਲੋਂਬਰਦੀ ਸਟੇਟ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਵੱਲੋਂ ਬਿਆਨ ਆ। ਉਸ ਤੋਂ ਬਾਅਦ ਅਮੈਰੀਕਾ ਦੀ ਹੀ ਦੁਬਾਰਾ ਗੱਲ ਕਰੀਏ ਜੀ, ਉੱਥੇ ਦੀ ਇੱਕ ਮਲਾਤੀਆ ਇਨਫੈਕਟਿਵ ਜੋ ਕਿ ਛੂਤ ਦੀਆਂ ਬਿਮਾਰੀਆਂ ਦੇ ਐਕਸਪਰਟ ਨੇ ਉੱਥੇ, ਉਹਨਾਂ ਦਾ ਨਾਮ ਹੈ ਜੀ ਐਂਥੋਨੀ ਫਾਉਚੀ। ਉਹਨਾਂ ਨੇ ਇੱਕ ਐਸਟੀਮੇਟ ਲਾਇਆ, ਇੱਕ ਰਿਪੋਰਟ ਜਾਰੀ ਕੀਤੀ ਹੈ, ਉਹਦੇ ਹਿਸਾਬ ਦੇ ਨਾਲ ਅਮੈਰੀਕਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 1,00,000 ਤੋਂ ਲੈ ਕੇ 2,00,000 ਬੰਦੇ ਦੀ ਹੋ ਸਕਦੀ ਹੈ, ਅਤੇ ਪੋਜ਼ੀਟਿਵ ਜਿਹੜੇ ਮਰੀਜ਼ਾਂ ਦੀ ਗਿਣਤੀ ਲੱਖਾਂ ਮਿਲੀਅਨ ਦੇ ਵਿੱਚ ਹੋ ਸਕਦੀ ਹੈ। ਕਹਿੰਦਾ ਮਤਲਬ 10-20-30 ਲੱਖ ਇਸ ਹਿਸਾਬ ਨਾਲ ਅਮੈਰੀਕਾ ਦੇ ਵਿੱਚ ਹੋ ਸਕਦੀ ਹੈ। ਇਹ ਐਂਥੋਨੀ ਫਾਉਚੀ ਜੋ ਕਿ ਐਕਸਪਰਟ ਨੇ ਛੂਤ ਦੀਆਂ ਬਿਮਾਰੀਆਂ ਦੇ, ਇਹਨਾਂ ਨੇ CNN 'ਤੇ ਇੱਕ ਇੰਟਰਵਿਊ ਦਿੱਤਾ, ਉਹਦੇ ਵਿੱਚ ਉਹਨਾਂ ਦਾ ਬਿਆਨ ਆਇਆ। ਇਹ ਸਭ ਗੱਲਾਂ ਨੂੰ ਸੋਚਦੇ ਹੋਏ ਦੇਖਦੇ ਹੋਏ ਡੋਨਲਡ ਟਰੰਪ ਜੋ ਕਿ ਅਮੈਰੀਕਾ ਦੇ ਰਾਸ਼ਟਰਪਤੀ ਨੇ, ਉਹਨਾਂ ਨੇ 5 ਵਜੇ ਅਮੈਰੀਕਾ 'ਤੇ 5 ਵਜੇ ਜੋ ਕਿ ਇਟਲੀ ਦੇ ਰਾਤ ਦੇ 11 ਵੱਜਣੇ ਨੇ, ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਜੀ। ਹੁਣ ਦੇਖਦੇ ਜੀ ਅਗਰ ਪੂਰੇ ਇਟਲੀ ਦੀ ਗੱਲ ਕਰੀਏ ਤਾਂ 97,699 ਬੰਦੇ ਇਟਲੀ ਦੇ ਵਿੱਚ ਸ਼ਿਕਾਰ ਹੋਏ ਨੇ ਇਸ ਮਹਾਂਮਾਰੀ ਦੇ ਨਾਲ, ਇਸ ਰੋਗ ਦੇ ਨਾਲ। ਠੀਕ ਹੋਣ ਵਾਲਿਆਂ ਦੀ ਗਿਣਤੀ ਇਟਲੀ ਦੇ ਵਿੱਚ 13,030 ਦੀ ਆ, ਅਤੇ 10,779 ਬੰਦੇ ਦੀ ਮੌਤ ਹੋ ਚੁੱਕੀ ਆ। ਜੇ ਲਾਸਟਲੇ 24 ਘੰਟੇ ਨੂੰ ਦੇਖੀਏ ਤਾਂ 646 ਬੰਦੇ ਠੀਕ ਹੋਏ ਨੇ ਅਤੇ 756 ਬੰਦਿਆਂ ਦੀ ਮੌਤ ਹੋਈ ਹੈ। ਅਤੇ ਕੱਲ੍ਹ ਦੇ ਹਿਸਾਬ ਨਾਲ ਦੇਖੀਏ 5,517 ਬੰਦਾ ਐਕਸਟਰਾ ਵਧਿਆ ਜੀ, ਕਿਉਂਕਿ ਕੱਲ੍ਹ ਇਟਲੀ ਦੇ ਵਿੱਚ ਟੋਟਲ ਗਿਣਤੀ ਸੀਗੀ 92,472 ਦੀ, ਅਤੇ ਅੱਜ 97,699 ਹੋ ਚੁੱਕੀ ਹੈ ਜੀ। ਹੁਣ ਇਹਦੇ ਨਾਲ ਅਗਰ ਅਸੀਂ ਦੇਖਦੇ ਹਾਂ ਕਿ ਇਟਲੀ ਦੇ ਪੂਰੇ ਸੂਬਿਆਂ ਦੇ ਵਿੱਚ ਕਿੰਨੀ, ਪੂਰੇ ਸਟੇਟ ਦੇ ਵਿੱਚ ਕਿੰਨੀ ਗਿਣਤੀ ਹੈ, ਲੋਂਬਰਦੀ ਦੇ ਵਿੱਚ ਇਹ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ 41,007, ਏਮੀਲੀਆ ਰੋਮਾਨੀਆ 13,119, ਵੇਨੇ ਤੋਂ 8,352, 8,206 ਪੀਮੋਂਤੇ, 4,122 ਤੁਸਕਾਨਾ, 3,558 ਮਾਰਕੇ, 3,076 ਲਿਗੂਰੀਆ, 2,706 ਲਾਤਸੀਓ, 1,769 ਕੰਪਾਨੀਆ, 1,594 ਤ੍ਰੈਂਤੋ, 1,549 ਪੂਲੀਆ, 1,480 ਫਰੋਲੀ ਵਿਨੇਸੇ ਗੂਲੀਆ, 1,460 ਸਿਚੀਲੀਆ, 1,293 ਅਬਰੂਤਸੋ, 1,214 ਬੁਲਸਾਨੋ, 1,023 ਉਮਰੀਆ, 638 ਸਰਦੇਨੀਆ, 614 ਕਲਾਬਰੀਆ, 584 ਵਾਲੇ ਦੋਸਤਾ, 202 ਬਜ਼ਲੀਕਾਤਾ, 127 ਮੋਲੀਜ਼ੇ। ਇਹਦੇ ਨਾਲ ਟੋਟਲ ਗਿਣਤੀ ਜਿਹੜੀ ਇਟਲੀ ਦੇ ਵਿੱਚ ਹੈ ਜੀ 97,699, ਮਰਨ ਵਾਲਿਆਂ ਦੀ ਗਿਣਤੀ 10,779, ਠੀਕ ਹੋਣ ਵਾਲਿਆਂ ਦੀ ਗਿਣਤੀ 13,030। ਹੋਸਪਿਟਲਾਂ ਦੇ ਵਿੱਚ ਇਸ ਟਾਈਮ ਜਿਹੜੇ ਦਾਖਲ ਨੇ ਬੰਦੇ ਉਹ ਨੇ ਜੀ 27,386, ਜਿਹੜੇ ਨੋਰਮਲ ਸਿਮਟਮ ਨੇ ਜਿਨ੍ਹਾਂ ਨੂੰ ਕੋਈ ਵੀ ਬੁਖਾਰ ਜਾਂ ਇੱਦਾਂ ਹੋ ਸਕਦਾ, 3,906 ਇਟਲੀ ਦੇ ਵਿੱਚ ਬੰਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਆ,
42,588 ਬੰਦਾ ਇਸ ਟਾਈਮ ਘਰਾਂ ਦੇ ਵਿੱਚ ਨਜ਼ਰਬੰਦ ਆ, ਹਾਊਸ ਅਰੈਸਟ ਆ। ਅਤੇ ਟੋਟਲ ਇਟਲੀ ਦੇ ਵਿੱਚ ਜਿਹੜੇ ਕੇਸ ਨੇ ਉਹ ਨੇ ਜੀ 73,880 ਪੋਜ਼ਿਟਿਵ ਕੇਸ ਇਟਲੀ ਦੇ ਵਿੱਚ ਇਸ ਟਾਈਮ ਚੱਲ ਰਹੇ ਨੇ ਸੀ। ਇਹ ਸੀ ਅੱਜ ਦੀ ਨਿਊਜ਼, ਅੱਜ ਦੀ ਕੁਛ ਗਿਣਤੀ। ਉਮੀਦ ਕਰਦੇ ਹਾਂ ਹਰ ਰੋਜ਼ ਇਸ ਤਰ੍ਹਾਂ ਹੀ ਘਟਦੀ ਰਹੂਗੀ, ਜਿੱਦਾਂ ਲੂੰਬਰਦੀ ਦੇ ਵਿੱਚ ਥੋੜ੍ਹਾ ਫਰਕ ਪਿਆ। ਅਤੇ ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਾਂਗੇ ਹੁਣ ਅਸੀਂ ਆਪਣੇ ਅਗਲੇ ਅਪਡੇਟ ਦੇ ਵਿੱਚ। ਉਨ੍ਹਾਂ ਚਿਰ ਆਪਣੇ ਘਰ ਪਰਿਵਾਰ ਦਾ, ਆਂਢ ਗੁਆਂਢ ਸਭ ਦਾ ਖਿਆਲ ਰੱਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।